बठिंडा में एक समारोह में शामिल होने पहुंची हरसिमरत कौर बादल ने कहा, एम्स खुलने से जहां बहुत से लोगों को रोजगार मिलेगा, वहीं हमें इलाज की सुविधा भी होगी और हमें नए नए डॉक्टर भी मिलेंगे। पत्रकारों से बातचीत करते हुए उन्होंने कहा कि मैंने इस कार्य के लिए अथक प्रयास किया है। बहुत परमात्मा की कृपा के नाल, हालांकि सूबे की सरकार ने एम्स नूं रोकन वास्ते 2 साल हरेक तरह के अथकंडे अपनाए। अज की तरीक विच भी जिहड़ा 66 KV ਇਹਦਾ ਬਿਜਲੀ ਦਾ ਗ੍ਰਿਡ ਤਿਆਰ ਹੋਣਾ ਚਾਹੀਦਾ ਹੈ ਕਿ ਏਮਸ ਮਹੀਨੇ ਡੇਢ ਮਹੀਨੇ 'ਚ OPD ਖੁੱਲ ਜੂਗਾ, ਉਹ ਚੱਲੂਗਾ ਕਿਵੇਂ ਜੇ ਬਿਜਲੀ ਨਹੀਂ ਹੈਗੀ। ਸੋ ਸੂਬੇ ਦੀ ਸਰਕਾਰ ਨੇ ਇਸ ਏਮਸ ਨੂੰ ਰੋਕਣ ਵਾਸਤੇ ਜਿੱਥੇ ਕੈਪਟਨ ਸਾਹਿਬ ਕਹਿੰਦੇ ਸੀ ਮੈਂ ਧਰਨਾ ਦੇਵਾਂਗਾ ਕਿ ਏਮਸ ਬਠਿੰਡੇ ਵਿੱਚ ਨਾ ਆਏ, ਲੇਕਿਨ ਪਰਮਾਤਮਾ ਦੀ ਕਿਰਪਾ ਦੇ ਨਾਲ ਏਮਸ ਪੰਜਾਬ ਵਿੱਚ ਆਇਆ, ਲੈ ਕੇ ਆਈ ਪੰਜਾਬ 'ਚ, ਪੰਜਾਬ ਦੇ ਬਾਅਦ ਆਪਣੇ ਇਲਾਕੇ ਵਿੱਚ ਲੈ ਕੇ ਆਈ ਜਿੱਥੇ ਕੈਂਸਰ ਦੀ ਇੰਨੀ ਬਿਮਾਰੀ ਫੈਲੀ ਹੋਈ ਤਾਂ ਕਿ ਇੱਥੇ ਦੇ ਲੋਕਾਂ ਨੂੰ ਫਾਇਦਾ ਹੋਏ। ਅਤੇ ਬਿਨਾਂ ਮਨਜ਼ੂਰੀਆਂ ਦਾ ਉਸ ਏਮਸ ਦਾ ਨੀਂਹ ਪੱਥਰ ਲੱਗ ਕੇ ਕੇਂਦਰ ਤੋਂ ਮੈਂ ਕੰਮ ਵੀ ਸ਼ੁਰੂ ਕਰਾਤਾ, ਅਤੇ ਅੱਜ ਉਹ ਕੰਮ ਇਸ ਤੇਜ਼ ਰਫਤਾਰ ਦੇ ਨਾਲ ਚੱਲ ਰਿਹਾ ਕਿ ਅਗਲੇ ਮਹੀਨੇ ਇਸ ਏਮਸ ਦੀ OPD ਸ਼ੁਰੂ ਹੋ ਜਾਣੀ ਚਾਹੀਦੀ ਹੈ, ਅਤੇ ਜੁਲਾਈ ਦੇ ਮਹੀਨੇ 'ਚ ਮੈਡੀਕਲ ਕਾਲਜ ਦੀ ਕਲਾਸਾਂ ਵੀ ਲੱਗ ਜਾਣੀ ਚਾਹੀਦੀਆਂ ਨੇ। ਸੋ ਇਸ ਏਮਸ ਦੇ ਆਉਣ ਦੇ ਨਾਲ ਇਕੱਲੇ ਇਲਾਜ ਨਹੀਂ, ਲੇਕਿਨ ਕਿੰਨੇ ਨਰਸ, ਕਿੰਨੇ ਡਾਕਟਰ, ਕਿੰਨੇ ਹੈਲਪਰ, ਕਿੰਨੇ ਡਰਾਈਵਰ, ਤਰ੍ਹਾਂ ਤਰ੍ਹਾਂ ਦਾ ਰੋਜ਼ਗਾਰ ਇੱਥੇ ਮਿਲੂਗਾ, ਅਤੇ ਮੈਡੀਕਲ ਐਜੂਕੇਸ਼ਨ ਵੀ ਇਸ ਇਲਾਕੇ ਦੀ ਕਿਵੇਂ ਵਧੂਗੀ। ਮੈਂ ਸਮਝਦੀ ਹਾਂ ਇਹ ਹਲਕਾ ਬਹੁਤ ਹੀ ਵਡਭਾਗਾ ਹੈਗਾ ਜਿੱਥੇ ਸੈਂਟਰਲ ਯੂਨੀਵਰਸਿਟੀ ਵੀ ਅਸੀਂ ਲੈ ਕੇ ਆਏ, ਇਹ ਵੀ ਮੇਰੇ ਦੌਰਾਨ ਆਈ, ਵੱਡੀ ਇੰਡਸਟਰੀ ਵੀ ਰਿਫਾਇਨਰੀ ਵਰਗੀ, ਇਹ ਵੀ ਬਾਲ ਸਾਹਿਬ ਲੈ ਕੇ ਆਏ, ਤਾਂ ਏਮਸ ਵਰਗਾ ਹਸਪਤਾਲ ਹੋਏ ਜਾਂ ਏਅਰਪੋਰਟ ਹੋਏ ਜਾਂ ਸ਼ਤਾਬਦੀ, ਇਹ ਸਾਰੀ ਚੀਜ਼ਾਂ ਇਸ ਇਲਾਕੇ ਨੂੰ ਲਾ ਕੇ ਇਲਾਕੇ ਦੀ ਨੁਹਾਰ ਬਦਲ ਕੇ ਰੋਜ਼ਗਾਰ ਦੇ ਸਾਧਨ ਪੈਦਾ ਕਰਕੇ ਇਸ ਇਲਾਕੇ ਨੂੰ ਅੱਗੇ ਲਿਜਾਉਣ ਵਾਸਤੇ ਅਸੀਂ ਯੋਗ।